ਪੰਜਾਬ ਪੁਲਿਸ ਜਿਹੜੇ ਅੰਨੇਵਾਹ ਕਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਦੇ ਚਲਾਨ ਕੱਟ ਰਹੀ ਹੈ ਪਰ ਖੁਦ ਦੀ ਪਰਵਾਹ ਨਹੀਂ ਕਰ ਰਹੀ। ਤੁਹਾਨੂੰ ਦੱਸ ਦਈਏ ਕਿ ਜਲੰਧਰ ਪੁਲਿਸ ਲੋਕਾਂ ਦਾ ਚਲਾਨ ਤਾਂ ਕੱਟ ਰਹੀ ਹੈ ਪਰ ਖੁਦ ਮਾਸਕ ਨਹੀਂ ਪਾਉਂਦੀ ਦਿਖਾਈ ਦੇ ਰਹੀ। ਇੱਕ ਔਰਤ ਦਾ ਮਾਸਕ ਨਾ ਪਾਉਣ ਤੇ ਜਲੰਧਰ ਪੁਲਿਸ ਨੇ 500 ਰੁਪਏ ਦਾ ਚਲਾਨ ਕੱਟਿਆ। ਪਰ ਤੁਸੀਂ ਨਾਲ ਤੁਹਾਡੀ ਟੀਵੀ ਸਕਰੀਨ ਤੇ ਕਿ ਪੁਲਿਸ ਮੁਲਾਜ਼ਮ ਨੇ ਖੁਦ ਹੀ ਆਪ ਮਾਸਕ ਨਹੀਂ ਪਹਿਨਿਆ ਹੋਇਆ। औरत ने बिना मास्क वाले मुलाजम की वीडियो भी बनाई, ना की तस्वीर कर दी स्क्रीन पे। वीडियो वायरल होने के जवाब देने को भी पुलिस मुलाजम भज रहे। सो पंजाब सरकार ने पंजाब पुलिस मुलाजम पंजाब पुलिस के मुलाजम जेड़े अन्य बात चलान तक काट रहे ने, हिदायत भी दे रहे ने, संदेश भी दे रहे ने कि पालना की जाए करोना नियमों की, ता जो करोना के केसिस वध ना फैलन। पर उत ही चलान तक काट रहे ने पर खुद ही मास्क ਚਨਾ ਬਹਾਦਰ ਨੇ ਨਹੀਂ ਪਾਇਆ ਹੋਇਆ। ਜਲੰਧਰ ਪੁਲਿਸ ਦੀ ਤਸਵੀਰ ਹੈ ਜਿੱਥੇ ਪੁਲਿਸ ਲੋਕਾਂ ਦਾ ਚਲਾਨ ਕੱਟ ਰਹੀ ਹੈ ਪਰ ਖੁਦ ਮਾਸਕ ਪਹਿਨਦੀ ਹੋਈ ਨਜ਼ਰ ਨਹੀਂ ਆ ਰਹੀ। ਸਰ ਤੁਹਾਡਾ ਮਾਸਕ ਕਿੱਥੇ ਹੈਗਾ? ਮਾਸਕ ਮੈਡਮ ਹੁਣ ਮੈਂ ਖਾਣ ਡਿਆ। ਕੋਈ ਨਹੀਂ ਗੱਲ ਸਰ, ਗੱਲ ਤਾਂ ਤਿੰਨ ਚਾਰ ਜਣੇ ਖੜੇ ਹੈਗੇ, ਮਗਰ ਤਿੰਨ ਚਾਰ ਜਣੇ ਖੜੇ ਹੈਗੇ। ਸਰ ਤੁਹਾਡਾ ਮਾਸਕ ਕਿੱਥੇ ਹੈਗਾ? ਮੈਡਮ ਮਾਸਕ ਤੁਸੀਂ ਹਜੇ ਮੇਰਾ ਚਲਾਨ ਕੱਟਿਆ 500 ਦਾ। ਹਾਂ ਤੁਹਾਡਾ ਮਾਸਕ ਕਿੱਥੇ ਹੈਗਾ ਸਰ? ਹੁਣ ਤਾਂ 500 ਰੁਪਏ ਦੀ ਚੱਟੀ ਲੱਗਣੀ ਹੈਗੀ ਸਰ ਸਾਡੀ। ਮਾਸਕ ਜੇ ਬੈਗ ਮੈਂ ਤਾਂ ਮੇਰੇ ਵੀ ਰੱਖਾ ਤਾ ਸਰ। ਹਾਂਜੀ ਮਗਰ ਇਹ ਥੋੜੀ ਮਤਲਬ ਹੈ, ਨਹੀਂ ਸਰ ਬਣੇਗਾ ਇਹ ਤਾਂ 500 ਮੇਰੀ ਨਹੀਂ ਲੱਗੀ, ਮੇਰੇ ਵੀ ਬਸ ਹੈਲਮੇਟ ਰੱਖਾ, ਅੰਦਰ ਤਾਂ ਮੇਰੇ ਵੀ ਰੱਖਾ ਸਰ। ਹਾਂ ਹੈਗਾ ਮੇਰੇ ਕੋਲ ਵੀ, ਮਾਸਕ ਵੀ ਹੈਗਾ ਹੈਲਮੇਟ ਵੀ ਹੈਗਾ। 500 ਦਾ ਹਜੇ ਘੱਟ ਹੈ, ਤੁਸੀਂ ਇਹ ਦੇਖੋ, ਇਹ ਦੇਖੋ ਹਜੇ ये रहा सर 500 रुपए का, ये आपका ही काटा है। हाँ उन्होंने मेरी पर्ची काट दी, कोई इशू नहीं है, उन्होंने काटी ठीक है, वो अपने रूल्स फॉलो कर रहे हैं, मगर उन्होंने खुद मास्क नहीं डाला हुआ था सर। और हाँ जी मैंने उनसे पूछा, वो ये कह रहे थे कि मैं मूंगफली खा रहा हूँ। मैंने कहा आप चार बंदों के बीच में खड़े होकर मूंगफली खा रहे हैं विदाउट मास्क, और आपने मेरे को सिंगल ड्राइविंग में आपने मेरे को बुला लिया, मेरे साथ तो कोई था भी नहीं, मगर कहते मेरे जेब में रखा है मास्क। मैंने कहा जी मेरी डिग्गी में भी रखा है मास्क। तो ऐसे और मीडिया ਤੁਹਾਡੇ ਕੋਲ ਆਈ ਹੈ ਤੇ ਤੁਸੀਂ ਕੱਟ ਰਹੇ ਹੋ, ਜਦੋਂ ਲੇਡੀਜ਼ ਨੇ ਤੁਹਾਨੂੰ ਇੱਕ ਗੱਲ ਕਹੀ ਆ ਵੀ ਤੁਹਾਡੇ ਮੁਲਾਜ਼ਮ ਨੇ, ਪਰ ਉਹ ਕੁਝ ਖਾ ਰਹੇ ਸੀ ਨਾ ਇਸ ਕਰਕੇ ਉਹਨੇ ਲਾਇਆ, ਮਤਲਬ ਕੁਝ ਖਾ ਰਹੇ ਸੀ ਇਸ ਕਰਕੇ ਲਾਇਆ, ਮੂਵੀ ਮੂਵੀ ਇੱਕ ਸਾਈਡ ਤੇ ਹੋ ਕੇ ਖਾ ਰਹੇ ਸੀ ਇਸ ਕਰਕੇ ਉਹਨਾਂ ਨੇ ਲਾਇਆ, ਬਾਕੀ ਸਾਰੇ ਟੋਟਲੀ ਪਾਇਆ ਸੀ ਸਰ। ਵੀਡੀਓ ਦੇ ਵਿੱਚ ਤੇ ਸਾਰਾ ਸਾਹਮਣੇ ਨਜ਼ਰ ਆ ਰਿਹਾ ਨਾ, ਉਹਨਾਂ ਨੇ ਕਿਹੜੀ ਵੀਡੀਓ ਬਣਾਈ ਹੈ? ਹਾਂਜੀ ਨਹੀਂ ਉਹਨਾਂ ਨੇ ਮਤਲਬ ਮੂੰਗਫਲੀ ਕਦਾ ਕੋਈ ਚੀਜ਼ ਖਾ ਰਹੇ ਸੀ ਨਾ ਇੱਕ ਸਾਈਡ ਤੇ ਕੋਈ ਚੀਜ਼ ਖਾ ਰਹੇ ਸੀ, ਇਸ ਕਰਕੇ ਉਹਨਾਂ ਨੇ ਮਤਲਬ ਲਾਇਆ ਮਾਸਕ।